ਬਿਆਸ ਥਾਣਾ ਕੋਟੀ ਸੇਖਾਂ ਵਿੱਚ ਸਦਰ ਅਮਰਜੀਤ ਸਿੰਘ ਵੱਲੋਂ ਬਤੌਰ SHO ਆਪਣਾ ਚਾਰਜ ਸੰਭਾਲਿਆ ਗਿਆ, ਜਿਸ ਵਿੱਚ ਉਹਨਾਂ ਵੱਲੋਂ ਸਾਡੀ ਪੰਜਾਬ ਦਰਪਣ ਨਿਊਜ਼ ਦੀ ਟੀਮ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਦੱਸਿਆ ਕਿ ਉਹ ਇਲਾਕੇ ਵਿੱਚ ਆਪਣੀ ਡਿਊਟੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ ਅਤੇ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਜਾਂ ਨਸ਼ਾ ਤਸਕਰ ਨੂੰ ਮਾਫ਼ ਨਹੀਂ ਕਰਨਗੇ। ਸਰ, ਤੁਸੀਂ ਅੱਜ ਇੱਥੇ ਸਰ ਥਾਣਾ ਕੋਟ ਸਿੰਘ ਵਿੱਚ ਸਰ ਚਾਰਜ ਲਿਆ, ਸਰ ਕੀ ਸਰ ਸੰਦੇਸ਼ ਦੇਣਾ ਚਾਹੋ, ਕੀ ਕਹਿਣਾ ਚਾਹੋਗੇ? ਗੱਲ ਇਹ ਹੈ ਜੀ, ਮੈਂ ਮਾਨਯੋਗ ਸ਼੍ਰੀ ਹਰਮਨਵੀਰ ਸਿੰਘ ਜੀ ਗਿੱਲ, ਸੀਨੀਅਰ ਪੁਲਿਸ ਕਪਤਾਨ ਮੋਗਾ ਜੀ ਦੇ ਦਿਸ਼ਾ ਨਿਰਦੇਸ਼ਾਂ 'ਤੇ ਬਤੌਰ ਮੁੱਖ ਅਫਸਰ ਥਾਣਾ ਕੋਟ ਈਸੇ ਖਾਂ ਵਿਖੇ ਦੁਬਾਰਾ ਤੈਨਾਤ ਹੋਇਆ ਹਾਂ। ਮੈਂ ਇਸ ਤੋਂ ਪਹਿਲਾਂ ਵੀ ਇਸ ਇਲਾਕੇ ਦੀ ਸੇਵਾ ਕਰ ਚੁੱਕਾ ਅਤੇ ਇਸ ਇਲਾਕੇ ਦੇ ਭਲੀ ਭਾਂਤ ਮੈਂ ਇਸ ਇਲਾਕੇ ਦੀਆਂ ਸਾਰੀਆਂ ਸਮੱਸਿਆ ਤੋਂ ਵੀ ਜਾਣੂ ਹਾਂ। ਮੈਂ ਪਹਿਲਾਂ ਵੀ ਤਨਦੇਹੀ ਨਾਲ ਕੰਮ ਕੀਤਾ ਹੈ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਨਸ਼ਿਆਂ ਦੇ ਖਿਲਾਫ ਜੋ ਕਰੋਨਾ ਮਹਾਂਮਾਰੀ ਚੱਲ ਰਹੀ ਹੈ ਉਹਦੇ ਵਿੱਚ ਸਰਕਾਰ ਦੀਆਂ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਕੰਮ ਕੀਤਾ ਜਾਊਗਾ ਅਤੇ ਵੱਧ ਤੋਂ ਵੱਧ ਜਿਹੜੇ ਲੋਕ ਹੈ ਉਹਨਾਂ ਨੂੰ ਜਿੰਨੀਆਂ ਵੀ ਪੁਲਿਸ ਦੀ ਜਿਹੜੀ ਮੇਨ ਡਿਊਟੀ ਆ ਉਹਨਾਂ ਨੂੰ ਸੁਰੱਖਿਆ ਪ੍ਰਦਾਨ ਕੀਤੀ ਜਾਊਗੀ ਅਤੇ ਜਿਹੜੇ ਮਾੜੇ ਅਨਸਰ ਹੈ, ਨਸ਼ਾ ਵੇਚਣ ਵਾਲੇ ਅਨਸਰ ਹੈ, ਉਹਨਾਂ ਦੇ ਖਿਲਾਫ਼ ਸਖ਼ਤ ਕਾਰਵਾਈ ਜਿਹੜੀ ਹੈਗੀ ਹੈ ਜਿਸ ਤਰ੍ਹਾਂ ਪਹਿਲਾਂ ਮੈਂ ਕਰਦਾ ਰਿਹਾ ਉਸੇ ਤਰ੍ਹਾਂ ਹੀ ਦੁਬਾਰਾ ਉਹ ਜਾਰੀ ਹੈ। ਸਰ, ਜਿਵੇਂ ਆਪਾਂ ਸ਼ਹਿਰ ਕੋਟ ਸਿੰਘ ਦੀ ਗੱਲ ਕਰੀਏ, ਸ਼ਹਿਰ ਕੋਟ ਸਿੰਘ ਵਿੱਚ ਥੋੜ੍ਹੀ ਜਿਹੀ ਟ੍ਰੈਫਿਕ ਸਮੱਸਿਆ ਸਰ ਹੈਗੀ, ਉਹਦੇ ਬਾਰੇ ਸਰ ਕੀ ਜਾਣਕਾਰੀ? ਇਸ ਤੋਂ ਪਹਿਲਾਂ ਤੁਸੀਂ ਦੇਖਿਆ ਹੋਊਗਾ ਕਿ ਮੇਰੇ ਟਾਈਮ ਦੇ ਉੱਤੇ ਸਾਰੀ ਜਿਹੜੀ ਟ੍ਰੈਫਿਕ ਸਮੱਸਿਆ ਸੀ ਉਹਨੂੰ ਟ੍ਰੈਫਿਕ ਥਾਣੇ ਦੇ ਮੁਲਾਜ਼ਮ ਲਾ ਕੇ ਦੂਰ ਕੀਤਾ ਗਿਆ ਸੀਗਾ, ਕੋਈ ਸਮੱਸਿਆ ਉਦੋਂ ਨਹੀਂ ਆਉਂਦੀ ਸੀ। ਇਸ ਤੋਂ ਬਾਅਦ ਇੱਕ ਦੋ ਦਿਨਾਂ ਦੇ ਵਿੱਚ ਇਹ ਸਮੱਸਿਆ ਜਿਹੜੀ ਟ੍ਰੈਫਿਕ ਦੀ ਹੈ ਉਹ ਦੁਬਾਰਾ ਫਿਰ ਉਸੇ ਤਰ੍ਹਾਂ ਪਹਿਲਾਂ ਦੀ ਤਰ੍ਹਾਂ ਲੋਕਾਂ ਨੂੰ ਕੋਈ ਸਮੱਸਿਆ ਤੁਹਾਨੂੰ ਦੇਖਣ ਨੂੰ ਨਹੀਂ ਮਿਲੀ। ਸਰ, ਜਿਵੇਂ ਇੱਥੇ ਕੋਟ ਸਿੰਘ ਵਿੱਚ ਸਰ ਤੁਸੀਂ ਹੁਣ ਆਏ ਹੋ, ਪਹਿਲਾਂ ਸਰ ਜੇ ਤੁਸੀਂ ਇੱਥੇ ਰਹੇ ਸੀ ਨਸ਼ਾ ਬਿਲਕੁਲ ਸਰ ਬੰਦ ਹੋ ਗਿਆ ਸੀ, ਸਰ ਹੁਣ ਫਿਰ ਥੋੜ੍ਹਾ ਥੋੜ੍ਹਾ ਕਿਤੇ ਫਿਰ ਚੱਲਦਾ ਜੀ? ਇਸ ਦੇ ਦੌਰਾਨ ਕੁਛ ਕਾਰਨ ਇਹ ਵੀ ਰਹੇ ਨੇ ਕਿ ਪੁਲਿਸ ਦਾ ਜਿਹੜਾ ਧਿਆਨ ਸੀ ਉਹ COVID-19 ਦੇ ਬਾਰੇ 'ਚ ਉੱਧਰ ਜ਼ਿਆਦਾ ਤਵੱਜੋ ਪੁਲਿਸ ਨੂੰ ਦੇਣੀ ਪਈ ਅਤੇ ਜਿਹੜੇ ਨਸ਼ਾ ਸਮਗਲਰ ਸੀਗੇ ਉਹ ਚੋਰੀ ਛੁੱਪੇ ਕੁਛ ਗਤੀਵਿਧੀਆਂ ਆਪਦੀਆਂ ਜਾਰੀ ਰੱਖੀਆਂ ਉਹਨਾਂ ਨੇ। ਲੇਕਿਨ ਹੁਣ ਸਾਡਾ ਆ ਹਫ਼ਤਾਵਾਰੀ ਮਾਨਯੋਗ SSP ਸਾਹਿਬ ਜੀ ਦੇ ਦਿਸ਼ਾ ਨਿਰਦੇਸ਼ਾਂ 'ਤੇ ਚੱਲ ਰਹੀ ਹੈ। ਅੱਜ ਵੀ ਅਸੀਂ ਬਹੁਤ ਵੱਡਾ ਸੈਮੀਨਾਰ ਦੌਲੇ ਵਾਲੇ ਦੇ ਵਿੱਚ ਕਰਕੇ ਆਏ ਹਾਂ ਅਤੇ ਜਿਹਦੇ ਵਿੱਚ ਮਾਨਯੋਗ ਸਾਰੇ ਸੀਨੀਅਰ ਅਫਸਰ ਸਾਹਿਬਾਨ ਹਾਜ਼ਰ ਆਏ ਸੀਗੇ ਜਿਨ੍ਹਾਂ ਨੇ ਲੋਕਾਂ ਨੂੰ ਦਿਸ਼ਾ ਨਿਰਦੇਸ਼ ਦਿੱਤਾ ਹੈ ਅਤੇ ਹੁਣ ਉਹ ਬੀਤੇ ਸਮੇਂ ਦੀ ਗੱਲ ਹੋਊਗੀ ਨਸ਼ੇ ਦੇ ਬਾਰੇ 'ਚ। ਪੰਜਾਬ ਦਰਪਣ ਨਿਊਜ਼ ਲਈ ਜ਼ਿਲ੍ਹਾ ਮੋਗਾ ਤੋਂ ਰਾਮ ਸ਼ਰਮਾ ਅਤੇ ਗੁਰਦੇਵ ਖੁਰਾਣਾ ਦੀ ਵਿਸ਼ੇਸ਼ ਰਿਪੋਰਟ।